ਜਿਹੜੇ ਵੀ ਬੰਦਿਆਂ ਨੇ ਟਾਈਟਲ 42 ਤੋਂ ਬਾਅਦ ਬਾਰਡਰ ਕ੍ਰੋਸ ਕਰਿਆ ਸੀ ਮੈਕਸੀਕੋ ਦਾ ਯੂ ਐਸ ਦੇ ਵਿੱਚ ਐਂਟਰ ਹੋਏ ਸੀ 2 ਨੰਬਰ ਦੇ ਵਿੱਚ, ਗੌਰਮੈਂਟ ਨੇ ਕੋਈ ਉਹਨਾਂ ਨੂੰ ਅਰੈਸਟ ਨਹੀਂ ਕਰਿਆ ਸੀਗਾ, ਬਾਰਡਰ ਦੇ ਉਹਨਾਂ ਨੂੰ ਕੋਲੇ ਹੀ ਬਿਠਾ ਦਿੱਤਾ ਸੀ। ਬਹੁਤ ਹੀ ਮਾੜੇ ਹਾਲਾਤ ਹੋ ਚੁੱਕੇ ਸੀਗੇ, ਜਿਹੜੇ ਬੰਦੇ ਡੋਨੇਟ ਕਰਦੇ ਸੀ ਉੱਥੇ ਫੂਡ ਲੈ ਕੇ ਆਉਂਦੇ ਸੀ ਉਹਨਾਂ ਵਾਸਤੇ, ਪੀਣ ਵਾਸਤੇ ਪਾਣੀ ਅਤੇ ਖਾਣ ਵਾਸਤੇ ਬ੍ਰੈਡ ਜਾਂ ਹੋਰ ਕੁਛ ਲੈ ਕੇ ਆਉਂਦੇ ਸੀ। ਮੈਕਸੀਕੋ ਅਤੇ ਯੂ ਐਸ ਦੇ ਬੰਦੇ ਬਹੁਤ ਹੀ ਹੈਲਪ